ਹਾਂਜੀ ਅੱਗੇ ਆ ਗਈ ਜੀ ਖਾਲਸਾ ਕ੍ਰੈਡਿਟ ਯੂਨੀਅਨ ਬੈਂਕ। ਇਹਨਾਂ ਦਾ ਮਾਲਕ ਹੈਗਾ ਜੀ ਇਸ ਬੈਂਕ ਦਾ ਰਿਪਦਮਨ ਸਿੰਘ ਮਲਕ। ਮਾਲਕ ਸੀ ਪਿੱਛੇ ਜੇ ਉਹਨਾਂ ਦਾ ਮਰਡਰ ਹੋ ਗਿਆ। ਰਿਪਦਮਨ ਸਿੰਘ ਮਲਕ ਜਿਹੜੇ ਸੀਗੇ ਇਹਨਾਂ ਦਾ ਨਾਂ 1985 'ਚ ਜਿਹੜਾ ਟੋਕੀਓ ਤੋਂ ਇੱਕ ਜਾ ਰਿਹਾ ਸੀ ਪਲੇਨ ਦੇ ਵਿੱਚ ਬੰਬ ਬਲਾਸਟ ਹੋਇਆ ਸੀ, 300 ਕੁਝ ਪੀਪਲ ਮਾਰੇ ਗਏ ਸੀ, ਉਦੋਂ ਇਹਨਾਂ ਦਾ ਨਾਂ ਲਿਆ ਜਾਂਦਾ ਸੀ। ਅਤੇ ਇਹਨਾਂ ਦੀਆਂ ਕਾਫੀ ਬੈਂਕਾਂ ਵੀ ਨੇ ਅਤੇ ਇਹਨਾਂ ਦੇ ਖਾਲਸਾ ਸਕੂਲ ਵੀ ਹੈਗੇ ਨੇ ਕਾਫੀ ਕਨੇਡਾ ਦੇ ਵਿੱਚ। ਅਤੇ ਉਦੋਂ ਉਹ ਜਿਹੜਾ ਬੰਬ ਬਲਾਸਟ ਹੋਇਆ ਸੀ ਏਅਰ ਇੰਡੀਆ ਦੀ ਫਲਾਈਟ ਸੀ, 300 ਕੁਝ ਮਾਰੇ ਗਏ ਸੀ ਉਹਨਾਂ ਦਾ, ਪਤਾ ਨਹੀਂ ਏਅਰਪੋਰਟ 'ਤੇ ਵੀ ਕੁਛ ਬੰਬ ਬਲਾਸਟ ਹੋਇਆ ਸੀ। ਅਤੇ ਬਾਕੀ ਸਾਰੀ ਜਾਣਕਾਰੀ ਗੂਗਲ 'ਤੇ ਪਈ ਆ, ਤੁਸੀਂ ਉੱਥੋਂ ਪੜ੍ਹ ਸਕਦੇ ਹੋ। ਅਤੇ ਇਹ ਮਤਲਬ ਉਹਨਾਂ ਦੀ ਬੈਂਕ ਆ ਰਿਪੁਦਮਨ ਸਿੰਘ ਮਲਕ। ਪਿੱਛੇ ਜੀ ਇਹਨਾਂ ਦਾ ਯੋਰਕ ਸੈਂਟਰ ਵਾਲੇ ਪਲਾਜ਼ੇ 'ਚ ਦੋ ਬੰਦਿਆਂ ਵੱਲੋਂ ਗੋਲੀਆਂ ਮਾਰ ਕੇ। ਨਵਾਂ ਆਉਂਦਾ ਵਾ ਬੇਸਮੈਂਟ ਦੇ ਵਿੱਚ ਰਹਿਣਾ ਕਿਸੇ ਨੇ, ਅਤੇ ਸਾਰਾ ਸਮਾਨ ਲੈਣਾ ਕਿਚਨ ਦਾ ਜਾਂ ਉਦਾ, ਤਾਂ ਪਹਿਲਾਂ ਡੋਲਰ ਆਮਾ ਉਹ ਇੱਥੇ ਬਹੁਤ ਸਸਤਾ ਸਮਾਨ ਮਿਲਦਾ ਜੀ। 360 ਇੱਥੋਂ ਇਹਨੇ ਕੋਇਨ ਵੀ ਕੱਢ ਦੇਣੇ ਆਪਾਂ ਨੇ, ਬਾਕੀ ਇਹਨੇ ਵਾਪਸ ਕਰ ਚੱਕੋ ਆਪਦੇ 3 ਡੋਲਰ ਅਤੇ ਕਹਿੰਦੇ ਸਮਾਨ ਚੱਕ ਲਓ ਆਪ। ਉਹ ਬਿੱਲ ਵੀ ਆ ਗਿਆ ਰਸੀਦ ਤੇ। ਦੇਖ ਲਓ ਸਮੋਸਿਆਂ ਦੀ ਵੀ ਔਫਰ ਲੱਗੀ ਹੋਈ ਆ, ਸ਼ੁਭ ਫੂਡ ਫੈਕਟਰੀ 3 for 110। ਬਾਏ 3 ਸਮੋਸਾ ਫੋਰ $1 $0.10 ਦੇ 3 ਸਮੋਸੇ ਮਿਲਣੇ ਆ। ਜਿਹੜੇ ਫੋਨ ਕੇਸਿਸ ਆ A to Z ਸਾਰਾ ਕੁਛ ਆਪਾਂ ਜੀ $10 'ਚ 3 ਕੇਸ ਦਿੰਦੇ ਹਾਂ। IPTV ਬਾਕਸ ਫ੍ਰੀ ਦਿੰਦੇ ਹਾਂ, ਸਰਵਰ ਉਹ ਪਾ ਕੇ ਦਿੰਦੇ ਜਿਹ 'ਚ ਨੈਟਫਲਿਕਸ, ਐਮਾਜ਼ੋਨ ਪ੍ਰਾਈਮ, ਚੌਪਲ, ਜਿੰਨੇ ਵੀ OTT ਪਲੇਟਫਾਰਮ। ਪੰਜਾਬੀ ਖਰੀਦਣ ਵਾਲੇ, ਪੰਜਾਬੀ ਵੇਚਣ ਵਾਲੇ ਅਤੇ ਪੰਜਾਬੀ ਵੀਡੀਓ ਬਣਾਉਣ ਵਾਲੇ, ਅਤੇ ਕਨੇਡੇ ਦੇ ਵਕੀਲ ਆ ਦੇਖ ਲਓ ਲੈ, ਕਨੇਡੇ ਦੇ ਵਕੀਲ ਹੈਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸੁਣਾਓ ਕੀ ਹਾਲ ਚਾਲ ਆ, ਠੀਕ ਠਾਕ ਹੋ? ਅੱਜ ਆ ਸੰਡੇ ਅਤੇ ਮੈਂ ਸੋਚਿਆ ਵੀ ਵਲੌਗ ਬਣਾਇਆ ਜਾਵੇ, ਅਤੇ ਆਪਾਂ ਹੁਣ ਵਲੌਗ ਬਣਾਉਣੇ ਸ਼ੁਰੂ ਕਰਨੇ ਆ ਸਰੀ ਸ਼ਹਿਰ ਦੇ। ਅਤੇ ਤੁਹਾਨੂੰ ਜਿਹੜਾ ਆਪਾਂ ਸਰੀ ਸ਼ਹਿਰ ਦੇ ਸਾਰੇ ਦੇ ਮੇਨ ਜਿਹੜੇ ਪਲਾਜ਼ੇ ਨੇ ਜਾਂ ਪਲੇਸਿਸ ਨੇ ਜਾਂ ਜਿਹੜੀਆਂ ਥਾਵਾਂ ਨੇ ਉਹ ਤੁਹਾਨੂੰ ਇਕੱਲੇ ਵਲੌਗ 'ਚ ਡੇ ਬਾਏ ਡੇ ਹਰੇਕ ਵਲੌਗ 'ਚ ਕੋਸ਼ਿਸ਼ ਕਰਨੀ ਵੀ ਸਰੀ ਸ਼ਹਿਰ ਦਾ ਜਿਹੜਾ ਤੁਹਾਨੂੰ ਕੋਨਾ ਕੋਨਾ ਦਿਖਾ ਦੇਣਾ। ਅਤੇ ਹੁਣ ਜਿਹੜਾ ਸਭ ਤੋਂ ਪਹਿਲਾਂ ਅੱਜ ਸ਼ੁਰੂ ਕਰਨਾ ਆਪਾਂ, ਵੈਸੇ ਤਾਂ ਮੈਂ ਕੰਮ 'ਤੇ ਜ਼ਿਆਦਾ ਬਿਜ਼ੀ ਹੁੰਦਾ ਅਤੇ ਪਰ ਵਿੱਚੋਂ ਜਿਵੇਂ ਜਿਵੇਂ ਟਾਈਮ ਲੱਗਾ ਜਾਂ ਛੁੱਟੀ ਵਾਲਦੇ ਹਾਂ ਜਿਵੇਂ ਵੀ ਹੋਇਆ ਤਾਂ ਵਲੌਗ ਬਣਾ ਕੇ ਪਾ ਦਿਆ ਕਰਾਂਗੇ, ਅਤੇ ਸੋ ਅੱਜ ਪਹਿਲਾਂ ਬਣਾ ਲੈਂਦੇ ਹਾਂ। ਅਤੇ ਤੁਹਾਨੂੰ ਅੱਜ ਜਿਹੜਾ ਸ਼ੁਰੂ ਆਪਾਂ ਕਰਨਾ ਉਹ ਦਿਖਾਉਣੇ ਆ ਨਿਊਟਨ। ਇੱਕ ਇੱਥੇ ਨਿਊਟਨ ਏਰੀਆ, ਉੱਥੇ ਪਲਾਜ਼ਾ ਵੀ ਆ ਅਤੇ ਨੇੜੇ 2 ਪਲਾਜ਼ੇ ਨੇ ਛੋਟੇ ਛੋਟੇ ਜਿਹੇ, ਅਤੇ ਉੱਥੇ ਲਗਭਗ ਸਭ ਪੰਜਾਬੀਆਂ ਦੀਆਂ ਦੁਕਾਨਾਂ ਹੀ ਨੇ। ਅਤੇ ਨਿਊਟਨ 'ਚ ਮੇਨ ਬੱਸ ਸਟੋਪ ਵੀ ਆ ਜਿੱਥੋਂ ਸਾਰੇ ਪਾਸੇ ਨੂੰ ਬੱਸਾਂ ਚੱਲਦੀਆਂ, ਅਤੇ ਮੇਰੇ ਬੇਸਮੈਂਟ ਦੇ ਕੋਲੇ ਆ ਜਿੱਥੇ ਮੈਂ ਰਹਿੰਦਾ, ਅਤੇ ਉਹਦੇ ਕਰਕੇ ਨਿਊਟਨ ਤੋਂ ਆਪਾਂ ਸ਼ੁਰੂ ਕਰਦੇ ਹਾਂ। ਉਸ ਤੋਂ ਫਿਰ ਬਾਅਦ 'ਚ ਅੱਗੇ ਜਿਵੇਂ ਵੀ ਹੋਊਗਾ ਸਾਰੇ ਪਾਇਲ ਬਿਜ਼ਨਸ ਸੈਂਟਰ ਜਾਂ ਹੋਰ ਵੀ ਜਿੰਨੇ ਸਰੀ ਦੇ ਵਿੱਚ ਏਰੀਏ ਨੇ ਉਹ ਤੁਹਾਨੂੰ ਇਕੱਲਾ ਕਰਕੇ ਸਾਰੇ ਵਲੌਗਾਂ 'ਚ ਦਿਖਾਵਾਂਗੇ। ਅਤੇ ਚਲੋ ਫਿਰ ਆ ਜਾਓ, ਅੱਜ ਚੱਲਦੇ ਹਾਂ ਆਪਾਂ ਨਿਊਟਨ, ਅਤੇ ਅੱਜ ਤੁਹਾਨੂੰ ਜਿਹੜਾ ਦਿਖਾਉਣੇ ਆ
ਉਹ ਦਿਖਾਉਣੇ ਆ ਨਿਊਟਨ ਏਰੀਆ, ਠੀਕ ਆ। ਅਤੇ ਅੱਗੇ ਨੇੜੇ ਵੀ ਜੇ ਟਾਈਮ ਲੱਗਾ ਤਾਂ ਨੇੜੇ ਤੇੜੇ ਹੋਰ ਵੀ ਕਿਤੇ ਵੀਡੀਓ ਸ਼ੂਟ ਕਰਾਂਗੇ। ਆਇਓ ਚੱਲਦੇ ਹਾਂ। ਹਾਂਜੀ ਆ ਗਈ R1 ਬੱਸ, ਇਹ ਮਤਲਬ ਚੱਲਦੀ ਸ਼ਹਿਰੀ ਦੇ ਵਿੱਚ ਹੁੰਦੀ ਸਿਟੀ ਦੇ ਵਿੱਚ, ਪਰ ਇਹ ਘੱਟ ਸਟੇਸ਼ਨਾਂ 'ਤੇ ਰੁਕਦੀ, ਥੋੜ੍ਹੀ ਫਾਸਟ ਹੁੰਦੀ ਅਤੇ ਦੋ ਜੁੜੀਆਂ ਹੁੰਦੀਆਂ। ਆਹ ਦੇਖ ਲਓ ਇੰਡੀਅਨ ਸਟਰੀਟ ਫੂਡ ਐਟ ਇੰਡੀਅਨ ਸਵੀਟਸ, ਇਹ ਵੀ ਇੰਡੀਅਨ ਰੈਸਟੋਰੈਂਟ ਹੀ ਆ। ਅਤੇ ਇਹ ਇੱਕ ਛੋਟਾ ਜਿਹਾ ਪਲਾਜ਼ਾ, ਇੱਥੇ ਹੀ ਅੱਗੇ ਫਰੂਟੀ ਕਹਿਣਾ ਵੀ ਆ, ਜਿਹੜੇ ਆਪਣੇ ਪੰਜਾਬੀ ਜ਼ਿਆਦਾਤਰ ਜਿਹੜੇ ਸਬਜ਼ੀਆਂ ਵਗੈਰਾ ਵੈਜੀਟੇਬਲਸ ਖਰੀਦਣੇ ਹੁੰਦੇ ਆ ਉਹ ਫਰੂਟੀ ਗਾਣਾ ਤੋਂ ਖਰੀਦਦੇ ਆ, ਕਿਉਂਕਿ ਉੱਥੇ ਸਬਜ਼ੀਆਂ ਵਗੈਰਾ ਤਾਜ਼ੀਆਂ ਹੁੰਦੀਆਂ, ਤਾਂ ਕਰਕੇ ਆਪਣੇ ਜ਼ਿਆਦਾ ਜਿਹੜੇ ਹੁੰਦੇ ਆ ਉਹ ਫਰੂਟੀ ਗਾਣਾ 'ਚ ਜਾਂਦੇ ਆ। ਉੱਧਰਲੇ ਬੰਨੇ ਹੈਗਾ ਇੱਕ, ਉਹ ਦੇਖੋ ਉਹ ਵੀ ਲੈ ਕੇ ਚਲੋ ਤੁਹਾਨੂੰ ਦਿਖਾਵਾਂਗੇ, ਚਲੋ ਫਰੈਸ਼ਕੋ, ਉਹ ਵੀ ਬਹੁਤ ਮਸ਼ਹੂਰ ਮਾਰਕੀਟ ਆ ਜਿੱਦਾਂ ਚਲੋ ਫਰੈਸ਼ਕੋ, ਉੱਥੇ ਵੀ ਆਪਣੇ ਮਤਲਬ ਜ਼ਿਆਦਾ ਸਮਾਨ ਘਰੇਲੂ ਵਰਤੋਂ ਵਾਲਾ ਹੁੰਦਾ। ਆਹ ਹੋ ਗਿਆ ਸਾਰਾ ਪਲਾਜ਼ਾ, ਆ ਪਲਾਜ਼ੇ ਦੇ ਵਿੱਚ ਵਿੱਚ ਆਹ ਸ਼ੋਪਸ ਨੇ ਤੁਹਾਨੂੰ ਦਿਖਾਉਣੇ ਆ। ਆਹ ਸਾਹਮਣੇ ਦੇਖ ਲਓ ਇਹ ਕੀ ਆ, SBI, ਇਹ ਹੈਗਾ ਜੀ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਆ ਇਹ। ਦੇਖ ਲਓ ਕਨੇਡਾ ਦੇ ਵਿੱਚ ਵੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਹੈਗੀ ਆ। ਅਤੇ ਇੱਧਰ ਆ ਗਰਚਾ ਬਰੋਸ ਦੇਖ ਲਓ, ਇਹ ਹੈਗਾ ਜੀ ਨਿਊਟਨ ਵਾਲਾ ਪਲਾਜ਼ਾ, ਅਤੇ ਤੁਹਾਨੂੰ ਜਿਹੜਾ ਉੱਥੇ ਪਾਇਲ ਬਿਜ਼ਨਸ ਸੈਂਟਰ 'ਚ ਵੀ ਲੈ ਕੇ ਜਾਵਾਂਗੇ, ਅਤੇ ਉਹਦੇ 'ਚ ਵੀ ਮਤਲਬ ਸਮਝ ਲਓ ਵੀ A to Z ਪੰਜਾਬੀ ਸ਼ੋਪਸ ਹੀ ਨੇ। ਆਹ ਦੇਖ ਲਓ ਗਰਚਾ ਬਰੋਸ ਮੀਟ ਸ਼ੋਪ, ਉੱਥੇ ਜਿਹੜਾ ਪਾਇਲ ਬਿਜ਼ਨਸ 'ਚ ਸੂਟਾਂ ਵਗੈਰਾ ਦਾ ਲੇਡੀਜ਼ ਵਿਆਹ ਸ਼ਾਦੀਆਂ ਵਾਲਾ ਸਮਾਨ ਜ਼ਿਆਦਾ ਉੱਥੋਂ ਮਿਲ ਜਾਂਦਾ। ਆਹ ਹੈਗਾ ਉਦੋਬਈ ਪਲੇਸ, ਇੱਥੇ ਮਿਲਦਾ ਜ਼ਿਆਦਾ ਸਾਊਥ ਇੰਡੀਆ ਵਾਲਾ ਖਾਣਾ ਪੀਣਾ, ਉਹ ਡੋਸਾ ਅਤੇ ਜਿਹੜਾ ਹੋਰ ਆਪਾਂ ਨਾਟਕਾਂ ਡਰਾਮਿਆਂ 'ਚ ਦੇਖਦੇ ਹੁੰਦੇ ਹਾਂ, ਪਰਾਂਠਾ, ਛੋਲੇ ਭਟੂਰੇ। ਆਹ ਦੇਖ ਲਓ ਇੱਥੇ ਆਹ ਸਾਰਾ ਕੁਛ ਖਾਣ ਖੂਣ ਨੂੰ ਮਿਲਦਾ, ਜਿਹੜਾ ਹੁੰਦਾ ਇਡਲੀ, ਇਡਲੀ ਵੜਾ, ਪਨੀਰ, ਡੋਸਾ, ਸਾਊਥ ਇੰਡੀਅਨ ਥਾਲੀ, ਆਹ ਸਾਰਾ ਕੁਛ ਇੱਥੇ ਖਾਣ ਨੂੰ ਮਿਲਦਾ। ਅਤੇ ਆਹ ਹੈਗਾ ਇੱਧਰ ਫਰੂਟੀ ਕਹਿਣਾ, ਇਹਦੇ 'ਚ ਮੈਂ ਤੁਹਾਨੂੰ ਵੀਡੀਓ ਕਈ ਬਣਾ ਕੇ ਪਾਈਆਂ ਵੈਸੇ ਫਰੂਟੀ ਕਹਿਣਾ ਦੀਆਂ, ਅਤੇ ਇਹ ਤੁਹਾਨੂੰ ਬਾਹਰੋਂ ਦਿਖਾ ਰਹੇ ਹਾਂ ਅੱਜ। ਅਗਲੇ ਬੰਨੇ ਆ ਜਿਹੜੀ ਆ, ਹਾਂਜੀ ਅੱਗੇ ਆ ਸਬਜ਼ੀ ਮੰਡੀ ਵਾਲਿਆਂ ਨੇ ਲਾਈ ਹੋਈ ਆ ਰੱਖੜੀਆਂ ਦੀ ਸਟਾਲ, ਅਤੇ ਮਠਿਆਈਆਂ ਸਾਡੀਆਂ ਭੈਣਾਂ ਇੱਥੋਂ ਲੈ ਰਹੀਆਂ ਨਾਲੇ ਵੀਰਾਂ ਲਈ ਰੱਖੜੀਆਂ ਅਤੇ ਨਾਲੇ ਮਠਿਆਈਆਂ। ਦੇਖ ਲਓ ਭਾਂਤ ਭਾਂਤ ਦੀ ਇੱਥੇ ਤੁਹਾਨੂੰ ਮਠਿਆਈ ਮਿਲੂ ਅਤੇ ਨਾਲੇ ਵੰਨ ਸਵੰਨੀਆਂ ਰੱਖੜੀਆਂ। ਅਤੇ ਅੱਜ ਕਨੇਡਾ 'ਚ ਵੈਸੇ ਕੱਲ੍ਹ ਨੂੰ ਆ ਰੱਖੜੀਆਂ, ਮਤਲਬ ਜਦੋਂ ਨੂੰ ਵੀਡੀਓ ਪਾਉਣੀ ਉਦੋਂ ਨੂੰ ਤਾਂ ਰੱਖੜੀ ਹੋ ਜਾਣੀ ਆ, ਅਤੇ ਅਸੀਂ ਇੱਕ ਦਿਨ ਪਹਿਲਾਂ ਆਏ ਹਾਂ ਅਤੇ ਖਰੀਦੋ ਫਰੋਖਤ ਚੱਲ ਰਹੀ ਆ ਪੂਰੀ, ਅਤੇ ਦੇਖ ਲਓ ਰੌਣਕਾਂ ਲੱਗੀਆਂ। ਹੋਰ ਅੱਗੇ ਵੀ ਚੱਲਦੇ ਹਾਂ, ਉੱਥੇ ਵੀ ਸਟਾਲਾਂ ਕਈ ਲੱਗੀਆਂ ਹੋਣੀਆਂ ਜਿੱਦਾਂ ਇੱਥੇ ਲੱਗੀਆਂ ਹੁੰਦੀਆਂ, ਅਤੇ ਇੱਦਾਂ ਹੀ ਦਿਵਾਲੀ 'ਤੇ ਵੀ ਇਹਨਾਂ ਨੇ ਲਾਈਆਂ ਹੁੰਦੀਆਂ ਕੱਢ ਕੇ ਬਾਹਰ ਰੱਖੜੀਆਂ, ਇੱਥੇ ਜਿੱਦਾਂ ਲਾਈਆਂ ਉਦੋਂ ਪਟਾਕੇ ਲਾਏ ਹੁੰਦੇ, ਇੱਦਾਂ ਤੰਬੂ ਜਿਹਾ ਲਾਇਆ ਹੁੰਦਾ, ਅਤੇ ਲੈਣਾ ਲਾਲਾ ਲੋਕ ਮਠਿਆਈ ਚੱਕੀ ਜਾਂਦੇ ਆ। ਦੇਖ ਲਓ ਉੱਤੇ ਰੇਟ ਲਿਖੇ ਆ ਮਠਿਆਈਆਂ ਦੇ ਨਾਂ ਲਿਖੇ ਆ, ਅਤੇ ਪੂਰੀਆਂ ਰੌਣਕਾਂ ਲੱਗੀਆਂ। ਦੇਖੋ ਆਓ ਚੱਲਦੇ ਹਾਂ ਅੱਗੇ। ਆਹ ਹੈਗਾ ਜੀ ਨਿਊਟਨ ਭਾਈਆ ਸਵੀਟਸ ਰੈਸਟੋਰੈਂਟ, ਕੋਈ ਇਹਨੂੰ ਭਾਈਆ ਕਹਿ ਦਿੰਦਾ ਕੋਈ ਭਈਆ ਕਹਿ ਦਿੰਦਾ, ਹੁਣ ਪਤਾ ਨਹੀਂ ਅਸਲ 'ਚ ਹੈਗਾ ਕੀ ਆ। ਅਤੇ ਅੱਗੇ ਆ ਗਿਆ ਨਿਊ ਪਰਮਾਰ ਰੈਸਟੋਰੈਂਟ, ਇਹ ਵੀ ਆਪਣਾ ਹੀ ਆ, ਇੰਡੀਅਨ ਦਾ ਹੀ ਆ ਨਿਊ ਪਰ। ਆਹ ਹੈਗਾ ਜੀ ਨਿਊਟਨ ਐਕਸਚੇਂਜ ਦਾ ਏਰੀਆ, ਸਬਜ਼ੀ ਮੰਡੀ ਵੀ ਹੈਗੀ ਉਹ ਜਿਹੜੀ ਜਿਹਦੇ ਅੱਗੇ ਮਠਿਆਈਆਂ ਦੀ, ਇਹ ਸਬਜ਼ੀ ਮੰਡੀ ਜਿੱਦਾਂ ਸ਼ੌਪ ਆ ਉਹਦਾ ਨਾਂ ਸਬਜ਼ੀ ਮੰਡੀ ਆ, ਜਿਹਦੇ ਅੱਗੇ ਮਠਿਆਈਆਂ ਦੀ ਸਟਾਲ ਲੱਗੀ ਸੀ ਰੱਖੜੀਆਂ ਦੀ, ਉਹ ਸਬਜ਼ੀ ਮੰਡੀ ਵਾਲਿਆਂ ਹੀ ਲਾਈ ਆ, ਉਹਨਾਂ ਦੀ ਇੱਧਰਲੇ ਬੰਨੇ ਨਾਲ ਸ਼ੌਪ ਸੀਗੀ। ਆ ਗਿਆ ਸਬਵੇ,
ਕਿਉਂਕਿ ਸੁਣਿਆ ਵੀ ਸਬਵੇ ਦਾ ਜਿਹੜਾ ਫੂਡ ਹੁੰਦਾ ਉਹ ਤਾਜ਼ਾ ਹੁੰਦਾ, ਜੋ ਵੀ ਇਹ ਸਬਜ਼ੀਆਂ ਵਗੈਰਾ ਵਰਤਦੇ ਆ ਉਹ ਫਰੈਸ਼ ਹੁੰਦੀਆਂ, ਇਹ ਸੁਣਨ ਦੇ ਵਿੱਚ ਆਇਆ। ਅਤੇ ਤਾਂ ਕਰਕੇ ਆਪਾਂ ਜਦੋਂ ਕਿਤੇ ਬਾਹਰੋਂ ਖਾਣਾ ਹੋਵੇ ਪ੍ਰੈਫਰ ਕਰੀਦਾ ਸਬਵੇ ਤੋਂ ਖਾਈਏ। ਅਤੇ ਉਹ ਦੇਖੋ ਉੱਥੇ ਵੀ ਬੱਸ ਸਟੋਪ ਆ, ਇੱਕ ਬੇ ਆ ਜਿੱਥੇ ਲਾਈਨ ਲੱਗੀ ਖੜ੍ਹੇ ਆ ਮੁੰਡੇ ਕੁੜੀਆਂ, ਉਹ ਬੇ ਨੰਬਰ ਉੱਥੇ ਲਿਖਿਆ ਹੋਊ, ਇੱਥੇ ਬੇ ਨੰਬਰ ਹੁੰਦਾ, ਉੱਥੋਂ 323 ਨੰਬਰ ਸਰੀ ਸੈਂਟਰ ਨੂੰ ਬੱਸ ਚੱਲਦੀ ਆ। ਆ ਸਭ ਮੁੰਡੇ ਕੁੜੀਆਂ ਆਪਣੇ ਅੰਕਲ ਆਂਟੀਆਂ ਉੱਥੇ ਖੜ੍ਹੇ ਨੇ, ਇੱਕ ਉਹ ਪਰਲੇ ਬੰਨੇ ਆ, ਦੋ ਇਹ ਹੋ ਗਏ। ਬਾਕੀ ਇੱਧਰ ਤੁਹਾਨੂੰ ਦਿਖਾਉਣੇ ਆ ਨਿਊਟਨ ਐਕਸਚੇਂਜ ਦਾ ਏਰੀਆ, ਵੀ ਇੱਧਰ ਵੀ ਬੱਸ ਸਟੋਪ ਹੀ ਨੇ ਸਾਰੇ ਆ। ਹਾਂ ਇੱਧਰਲੀ ਸਾਈਡ 'ਤੇ ਇੱਥੋਂ ਜਾਣੀ ਸਰੀ ਦੇ ਸਾਰੇ ਹਿੱਸੇ ਨੂੰ, ਅਤੇ ਨੇੜੇ ਤੇੜੇ ਜਿਵੇਂ ਲੈਂਗਲੀ, ਵਾਈਟ ਰੌਕ, ਅਤੇ ਹੋਰ ਜਿਵੇਂ ਕਿਤੇ ਜਾਣਾ ਤਾਂ ਉੱਥੇ ਬੱਸਾਂ ਵਗੈਰਾ ਇੱਥੋਂ ਸਭ ਕਿਤੇ ਪਾਸੇ ਨੂੰ ਚੱਲਦੀਆਂ ਨੇ। ਅਤੇ ਇੱਥੇ ਬੇ ਨੰਬਰ ਹੁੰਦਾ, ਜਿਵੇਂ ਆਹ ਦੇਖੋ ਇੱਥੇ R6 ਚੱਲਦੀ ਆ, ਜਿਵੇਂ ਮੈਂ ਤੁਹਾਨੂੰ ਦਿਖਾਈ ਦੀਆਂ ਦੋ ਬੱਸਾਂ ਜਿਹੜੀਆਂ ਜੁੜੀਆਂ ਹੁੰਦੀਆਂ ਸਕੋਟ ਰੋਡ ਨੂੰ ਜਾਂਦੀ ਆ ਟੂ ਸਕੋਟ ਰੋਡ ਸਟੇਸ਼ਨ, ਇੱਥੇ ਆ ਡਬਲ ਬੱਸ ਜੀ ਜੁੜੀ ਹੁੰਦੀ ਆ ਉਹ ਚੱਲੂਗੀ। ਇੱਥੋਂ ਇਹ ਹੈਗਾ ਬੇ 8, ਉਹ ਲਿਖਿਆ ਨਾ ਬੇ, ਆਪਾਂ ਜਿਵੇਂ ਕਾਊਂਟਰ ਕਹਿ ਦਿੰਦੇ ਆ। ਅਤੇ ਇੱਧਰ ਹੈਗਾ ਬੇ 7, ਇੱਥੋਂ ਜਿਹੜੀ ਬੱਸ ਨੰਬਰ ਹੁੰਦਾ ਜਿਵੇਂ 335 ਸਰੀ ਸੈਂਟਰਲ ਸਟੇਸ਼ਨ ਨੂੰ ਚੱਲੂਗੀ, ਅਤੇ 345 ਗਿਲਫੋਰਡ ਨੂੰ ਬੇ 7 ਤੋਂ। ਅਤੇ ਜਦੋਂ ਵੀ ਆਪਾਂ ਸਰਚ ਕਰਨਾ ਬੇ ਤੋਂ ਪਤਾ ਲੱਗਦਾ ਆ ਬੇ 1 ਸਕਾਊਟ ਰੋਡ ਸਟੇਸ਼ਨ ਸਰੀ ਸੈਂਟਰਲ ਸਟੇਸ਼ਨ, ਠੀਕ ਆ। ਆਹ ਦੇਖੋ ਇੱਕ ਆਹ ਸਿੰਗਲ ਜੀ ਬੱਸ ਹੁੰਦੀ ਆ, ਆਹ ਵੀ ਇਹ ਸਰੀ ਦੇ ਵਿੱਚ ਘੁੰਮਦੀਆਂ ਨੇ ਜਾਂ ਨੇੜੇ ਤੇੜੇ, ਜਿੱਦਾਂ ਵਾਈਟ ਰੌਕ ਜਾਣਾ, ਲੈਂਗਲੀ ਜਾਂ ਹੋਰ ਕਿਤੇ ਵੀ ਡੈਲਟੇ ਵਗੈਰਾ ਨੇੜੇ ਨੇੜੇ ਸਭ ਛੋਟੇ ਛੋਟੇ ਜਿਹੜੇ ਸਿਟੀਆਂ ਦੇ ਵਿੱਚ ਇਹ ਜਾਂਦੀਆਂ ਰਹਿੰਦੀਆਂ। ਆਹ ਦੇਖੋ 321 ਅਤੇ 394 ਨੋਟ ਇਨ ਸਰਵਿਸ ਲਿਖਿਆ ਆ ਗਿਆ, ਨਹੀਂ ਇਨ ਸਰਵਿਸ ਨਹੀਂ ਹੈਗੀ। ਇਹ ਹੈਗਾ ਜਿਹੜਾ ਨਿਊਟਨ ਦਾ ਬੱਸ ਅੱਡਾ। ਹਾਂ ਇੱਥੇ ਦੇਖ ਲਓ ਕਿੰਨੇ ਕਾਊਂਟਰ ਆ, ਜਿਵੇਂ ਆਪੇ ਕਹਿ ਦਿੰਦੇ ਲੁਧਿਆਣੇ ਵਾਲਾ ਜਾਂ ਮੋਗੇ ਵਾਲਾ ਬੱਸ ਅੱਡਾ, ਤਾਂ ਉਹਦੇ ਕਰਕੇ ਇਹ ਹੈਗਾ ਨਿਊਟਨ ਵਾਲਾ। ਆਹ ਬੱਸਾਂ ਦੇ ਸਾਰੇ ਟਾਈਮ ਟੇਬਲ ਆ, ਦੇਖੋ ਆ ਗਈ ਨਾ R1। ਆਹ ਥਾਣਾ ਆ, ਪੁਲਿਸ ਡਿਸਟ੍ਰਿਕਟ, ਪੁਲਿਸ ਡਿਸਟ੍ਰਿਕਟ 'ਚ ਇਹ ਆ ਨਿਊਟਨ ਦਾ ਪੁਲਿਸ ਸਟੇਸ਼ਨ। ਆਹ ਹੈਗਾ ਜੀ ਕੋਇਨ ਲਾਂਡਰੀ, ਇੱਥੇ ਆਪਾਂ ਮੈਂ ਕਈ ਵੀਡੀਓ ਪਾਈਆਂ ਕੱਪੜੇ ਕੁੱਪੜੇ ਧਮਾਉਣ, ਜ਼ਿਆਦਾਤਰ ਇੱਥੇ ਜਾਈਦਾ ਲਾਂਡਰੀ ਦੇ ਵੀਕੈਂਡ 'ਤੇ, ਕਿਉਂਕਿ ਬੇਸਮੈਂਟਾਂ ਦੇ ਵਿੱਚ ਰਹੀਦਾ ਅਤੇ ਉਹ ਫਿਰ ਕਈ ਵਾਰੀ ਲਾਂਡਰੀ ਵਿੱਚ ਨਹੀਂ ਹੁੰਦੀ ਤਾਂ ਫਿਰ ਇੱਥੋਂ ਕੱਪੜੇ ਧਵਾਈਦੇ ਆ। $10-15-20 ਲੱਗਦੇ ਆ, ਅਤੇ ਹਫ਼ਤੇ ਦੇ ਜਿਹੜੇ ਕੱਪੜੇ ਇਕੱਠੇ ਕਰਕੇ ਰੱਖੇ ਹੁੰਦੇ ਉਹ ਧੁੱਪ ਜਾਂਦੇ ਆ। ਅਤੇ ਇੱਥੇ ਨਾਲ ਹੀ ਟਿਮ ਹੋਲਟਨ, ਉੱਥੋਂ ਕੌਫੀ ਪੀਂਦੇ ਹਾਂ। ਹਾਏ ਹਾਏ ਦੇਰ, ਕੈਨ ਆਈ ਗੈਟ 1 ਸਮਾਲ ਫ੍ਰੈਂਚ ਵਨੀਲਾ ਐਂਡ 1 ਮੀਡੀਅਮ ਡਬਲ ਡਬਲ? 1 ਸਮਾਲ ਫ੍ਰੈਂਚ ਵਨੀਲਾ, ਯੈਸ, ਐਂਡ 1 ਮੀਡੀਅਮ, ਐਂਡ 1 ਮੀਡੀਅਮ ਡਬਲ ਡਬਲ। ਓਕੇ, ਦੈਟਸ ਆਲ, ਦੈਟਸ ਇਟ, ਰਾਈਟ? ਯੈਸ, ਟੈਬਲ ਫਿਸ, ਥੈਂਕ ਯੂ। ਟਿਮ ਹੋਲਟਨ ਤੇ ਵੀ ਜਿਹੜੇ ਜ਼ਿਆਦਾਤਰ ਆਪਣੇ ਮੁੰਡੇ ਕੁੜੀਆਂ ਸਟੂਡੈਂਟ ਹੀ ਕੰਮ ਕਰਦੇ ਹੁੰਦੇ ਜ਼ਿਆਦਾਤਰ। ਅਸੀਂ ਲੈ ਲਈ ਆਪਣੀ ਆਪਣੀ ਕੌਫੀ, ਇੱਕ ਫ੍ਰੈਂਚ ਵਨੀਲਾ ਅਤੇ ਇੱਕ ਡਬਲ ਡਬਲ। ਆਪਾਂ ਆ ਗਏ ਇਹਨਾਂ ਦੀ ਕਿੰਗ ਜੋਰਜ ਸਟਰੀਟ 'ਤੇ, ਬਹੁਤ ਖੁੱਲ੍ਹੀ ਮੇਨ ਸਟਰੀਟ ਆ ਇਹ, ਸੈਂਟਰ ਦੇ ਵਿੱਚ ਚੱਲਦੀ ਆ ਸਰੀ ਦੇ ਅੱਗੇ, ਅਤੇ ਇੱਕ ਸਕਾਊਟ ਰੋਡ ਕਾਫੀ ਖੁੱਲ੍ਹੀ ਆ। ਆਹ ਜਿਹੜੀ ਲਾਲ ਲਾਲ ਲਾਈਨ ਹੁੰਦੀ ਆ ਇਹ ਹੁੰਦੀ ਬੱਸ ਵਾਲੀ, ਇਹਦੇ ਵਿੱਚ ਆਪਾਂ ਗੱਡੀ ਨਹੀਂ ਚਲਾ ਸਕਦੇ। ਹਾਂ ਮਾੜੀ ਮੋਟੀ ਟਰਨ ਲੈਣਾ ਉਦੋਂ ਜੋ ਵੜ ਸਕਦੇ ਹਾਂ, ਉਦਾਂ ਨਹੀਂ।
ਆ ਹੁਣ ਆ ਗਏ ਡੋਲਰਾਮਾ ਸਸਤੀ ਮਾਰਕੀਟ ਸਾਹਮਣੇ ਡੋਲਰਾਮਾ ਇੱਧਰ ਹੈਗਾ ਹਵੇਲੀ ਬਿਸਤਰੋ ਇੰਡੀਅਨ ਕਜ਼ੀਨ ਇੰਡੀਅਨ ਕਜ਼ੀਨ ਆ ਗਿਆ ਇੱਥੇ ਆਪਾਂ ਲਾਉਣੇ ਹਾਂ ਗੱਡੀ ਪਾਰਕ ਅਤੇ ਫਿਰ ਜਾ ਕੇ ਆਉਣੇ ਹਾਂ ਡੋਲਰਾਮਾ ਉੱਥੇ ਥੋੜ੍ਹਾ ਜਿਹਾ ਸਮਾਨ ਲੈਣਾ ਆ ਡੋਲਰਾਮਾ ਅਤੇ ਡੋਲਰਾਮਾ ਦੇ ਇੱਧਰਲੇ ਪਾਸੇ ਹੈਗਾ ਆਪਣੇ ਪੰਜਾਬੀਆਂ ਦੇ ਸ਼ਾਮ ਦੇ ਪ੍ਰੋਗਰਾਮ ਵਾਲਾ ਪੀ ਸੀ ਲਿਕੋਵਰ ਸਟੋਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਠੇਕਾ ਉਹ ਦੇਖ ਲਓ ਸਾਹਮਣੇ ਬਹੁਤ ਵੱਡਾ ਵੀ ਸਰਕਾਰੀ ਆ ਇਹ ਵੀ ਤੁਹਾਨੂੰ ਵੀਕਐਂਡ 'ਤੇ ਭਰਿਆ ਹੀ ਮਿਲਦਾ ਹੁੰਦਾ ਆਪਣੇ ਪੰਜਾਬੀਆਂ ਨਾਲ ਹੀ ਇਹ ਵੀ ਬਾਕੀ ਤੁਸੀਂ ਜਾਣੀ ਜਾਣੀ ਹੋ ਡੋਲਰਾਮਾ 'ਚ ਨਾ ਸਾਰਾ ਸਮਾਨ ਸਸਤਾ ਹੁੰਦਾ ਮੈਂ ਕਹਿਣਾ ਚਾਹੁੰਦਾ ਵੈਸਲੀ ਸਪੈਸ਼ਲੀ ਜੇ ਕੋਈ ਨਵਾਂ ਆਉਂਦਾ ਵਾ ਬੇਸਮੈਂਟ ਦੇ ਵਿੱਚ ਰਹਿਣਾ ਕਿਸੇ ਨੇ ਅਤੇ ਸਾਰਾ ਸਮਾਨ ਲੈਣਾ ਕਿਚਨ ਦਾ ਜਾਂ ਉੱਦਾਂ ਤਾਂ ਪਹਿਲਾਂ ਡੋਲਰਾਮਾ ਉਹ ਇੱਥੇ ਬਹੁਤ ਸਸਤਾ ਸਮਾਨ ਮਿਲਦਾ ਜਿਵੇਂ ਤੁਹਾਨੂੰ ਦਿਖਾਉਣਾ ਇੱਥੇ ਮੈਕਸੀਮਮ ਜਿਵੇਂ ਕਿਹਾ ਵੀ ਪ੍ਰਾਈਸ ਜਿਹੜਾ ਹੁੰਦਾ $5 ਹੁੰਦਾ ਜਿਵੇਂ ਆਹ ਮੰਨ ਲਓ ਕਿਚਨ 'ਚ ਲੱਗਣ ਵਾਲਾ ਵਰਤਣ ਵਾਲਾ ਸਮਾਨ ਕੜਛੀਆਂ ਆਹ ਪੌਣੀਆਂ ਹੋਰ ਆਹ ਛੋਟਾ ਮੋਟਾ ਜਿਹੜਾ ਆਪਾਂ ਕਿਚਨ 'ਚ ਯੂਜ਼ ਕਰਦੇ ਹਾਂ ਆਹ ਦੇਖ ਲਓ ਆਹ ਕੜਛੀ ਵੀ ਆ ਇਹ $5 ਦੀ ਆ ਉੱਦਾਂ ਜੇ ਹੋਰ ਸ਼ੋਪਾਂ 'ਤੇ ਜਾਈਏ ਇਹੀ ਚੀਜ਼ 12-12 13-13 $14 ਡੋਲਰਾਂ ਦੀ ਮਿਲਦੀ ਆ ਆਹ ਦੇਖ ਲਓ ਆਹ ਕੜਛੀ ਵੀ ਆ $2 ਦੀ ਠੀਕ ਆ ਆਹ ਦੇਖ ਲਓ ਆਹ $2 ਦੀ ਆਹ ਚਮਟੇ ਜੀ ਆ $4 ਦੇ ਇੱਥੇ ਜਿੱਦਾਂ ਸਮਾਨ ਬਹੁਤ ਸਸਤਾ ਹੁੰਦਾ ਕਰਦਾ ਨੇ $2 ਦੀਆਂ ਇਹੀ ਹੋਰ ਕੀ ਮਾਰਕੀਟ 'ਤੇ ਜਾਊਂਗੇ $9-10 ਦੀਆਂ ਮੈਕਸੀਮਮ ਜਿਹੜਾ ਇੱਥੇ ਮੈਂ ਦੇਖਿਆ $5 ਵਾਲੀ ਹੁੰਦੀ ਆ ਵੱਡਾ ਸਾਰਾ ਚੱਕ ਹੋ ਗਿਆ 5 ਦਾ ਆਹ ਸੀਜ਼ਰ ਨੇ ਕੈਂਚੀ ਆ ਠੀਕ ਆ ਆਹ ਦੇਖ ਲਓ 3 ਇੱਥੇ ਸਾਰਾ ਮਿਲੋ ਜਿਹੜਾ ਹੁੰਦਾ ਕਾਫੀ ਸਸਤੇ ਪ੍ਰਾਈਸ 'ਤੇ ਹੁੰਦਾ ਜੇ ਕੋਈ ਨਵਾਂ ਆਉਂਦਾ ਵਾ ਤਾਂ ਉਹਨੇ ਬੇਸਮੈਂਟ ਲਈ ਜਾਂ ਰਹਿਣ ਲਈ ਸਮਾਨ ਵਰਤਣ ਘਰੇਲੂ ਵਰਤਣ ਲਈ ਲੈਣਾ ਤਾਂ ਇੱਥੋਂ ਲਓ ਠੀਕ ਆ ਇਹ ਹੋ ਗਿਆ ਕਿਚਨ ਦਾ ਇਹ ਵੀ ਬਹੁਤ ਸਸਤਾ ਹੋ ਗਿਆ ਇੱਧਰ ਆ ਕੱਪੜੇ ਧੋਣ ਵਾਲਾ ਆ ਜਾਓ ਆ ਟਾਈਡ ਦੀ ਬੋਤਲ ਆ $4 ਦੀ ਆ ਠੀਕ ਆ ਅਤੇ ਇੱਧਰ ਜੇ ਤੁਸੀਂ ਆਹ ਦੇਖ ਲਓ ਲੈਣਾ ਵਾ ਜਿੱਦਾਂ ਓਵਨ ਮਾਈਕ੍ਰੋਵੇਵ ਵਿੱਚ ਵਰਤਣ ਵਾਲੀਆਂ ਚੀਜ਼ਾਂ $1.25 ਆਹ ਪੇਪਰ ਲੈਣੇ ਆ 2.75 ਦਾ ਟਾਵਲ ਪੇਪਰ ਆਹ ਚਲੋ ਅਲਮੀਨੀਅਮ ਪੇਪਰ ਜੀ ਫੋਇਲ ਪੇਪਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਹ ਵੀ $3.5 ਦੇ ਠੀਕ ਹੈ ਆਹ ਜਿਵੇਂ ਸਕ੍ਰੱਬ ਸਕਰੂਬ ਜੇ ਹੁੰਦੇ ਆ ਜਿਹੜੇ ਭਾਂਡਿਆਂ ਵਾਲੇ ਇਹ ਵੀ $2-2.5 ਅਤੇ ਆਹ $1.25 ਦਾ ਸਾਰਾ ਪੈਕਟ ਜਿਹਾ ਦੇਖ ਲਓ ਵੱਡਾ ਅਤੇ ਇੱਦਾਂ ਹੀ ਸਾਰਾ ਸਮਾਨ ਆਹ ਟਿਸ਼ੂ ਪੇਪਰ ਹੈਗੇ ਨੇ ਆਹ ਅਤੇ ਟੋਇਲਟ ਪੇਪਰ ਸਾਰੇ ਹੀ ਆਹ ਝਾੜੂ ਝੂੜੂ ਜਿੰਨੇ ਵੀ ਨੇ $4-4-5 ਦੇ ਆ $1 ਦਾ $1.25 ਦਾ ਠੀਕ ਆ ਅਤੇ ਇਹ ਕਿਚਨ ਦਾ ਸਮਾਨ ਦੇਖ ਲਓ ਇੱਧਰ ਆ ਜਾਓ ਫਿਰ ਆ ਜਿਹੜੇ ਇੱਧਰ ਆਹ ਕੋਈ ਬੈਗ ਬੂਗ ਜੇ ਜੋ ਵੀ ਆ ਲਾਉਂਡਰੀ ਵਿੱਚ ਜਿਵੇਂ ਆਪਾਂ ਥੋੜ੍ਹਾ ਬਹੁਤਾ ਕੱਪੜੇ ਪਾਉਣੇ ਆ ਨਿੱਕੇ ਮੋਟੇ ਟਾਵਲ ਟੂਵਲ ਜਾਂ ਕੁਛ ਤਾਂ ਆਹ $5 ਦੇ ਆ ਅਤੇ ਇੱਧਰ ਆ ਜਾਓ ਆ ਜਿਹੜੇ ਭਾਂਡੇ ਭੁੰਡੇ ਧੋਣ ਨੂੰ ਇਹ ਵੀ $1.50 ਦੀ ਆਹ ਸ਼ੀਸ਼ੀ ਲਿਕੁਡ $1.50-$2 ਦੇ ਠੀਕ ਆ ਅਤੇ ਇੱਧਰ ਆਹ ਜੇ ਆਪਾਂ ਲੂਣ ਲਾਣ ਪਾਉਣ ਨੂੰ ਕੁਛ ਲਾਉਣਾ $1.25 ਦਾ ਯਾਨੀ ਕਿ ਗੱਲ ਮੁੱਕਦੀ ਇੱਥੇ ਸਭ ਸਮਾਨ $1 ਤੋਂ ਲੈ ਕੇ $5 ਤੱਕ ਹੁੰਦਾ ਆਹ ਦੇਖ ਲਓ ਜੇ ਕੱਪ ਲੈਣੇ ਆ ਜਾਂ ਕੁਛ ਵੀ ਬੜਾ ਵਧੀਆ ਸਮਾਨ ਹੁੰਦਾ ਯਾਨੀ ਥੋੜ੍ਹਾ ਥੋੜ੍ਹਾ ਸਸਤੇ ਸਸਤੇ ਆ ਦੇਖੋ $3 ਦਾ ਕੱਪ ਇਹੀ ਜੇ ਕਿਤੇ ਤੁਸੀਂ ਹੋਰ ਕਿਸੇ ਮਾਰਕੀਟ 'ਤੇ ਜਾਓਗੇ $8-9-10-10 ਡੋਲਰ ਦੀ ਚੀਜ਼ ਜਿਹੜੀ ਮਿਲਦੀ ਹੈ ਇੱਥੇ ਉਹੀ $1.50 ਦੀ ਮਿਲਦੀ ਹੈ
ਤੇ ਨਵੇਂ ਬੰਦੇ ਨੇ ਆਪਾਂ ਕੁਆਲਿਟੀਆਂ ਤਾਂ ਉਦੋਂ ਦੇਖਣੀਆਂ ਹੁੰਦੀਆਂ ਜਦੋਂ ਸਾਡੇ ਕੋਲ ਪੈਸਾ ਬਹੁਤ ਆ ਗਿਆ, ਅਸੀਂ ਸੈੱਟ ਹੋ ਗਏ ਜੀ, ਅਸੀਂ ਮਹਿੰਗੀ ਲੈਣੀ ਆ, ਬ੍ਰਾਂਡ ਲੈਣਾ। ਸ਼ੁਰੂ 'ਚ ਤਾਂ ਬੰਦਾ ਤੁਹਾਨੂੰ ਪਤਾ ਵੀ ਵਰਤੋਂ ਜਿਹੜਾ ਕੰਮ ਸਰਦਾ ਹੋਵੇ ਉਹ ਆਪਾਂ ਨੂੰ ਐਂ ਹੁੰਦਾ ਵੀ ਸਾਡੇ ਇੱਕ ਵਾਰੀ ਡੰਗ ਸਰੇ ਵੀ ਵਰਤਣ ਵਾਲੀ ਜਿੰਨੀ ਕੁ ਚੀਜ਼ ਚਾਹੀਦੀ ਆ। ਆਹ ਦੇਖੋ ਆਪ ਹੈਗੇ ਆ ਟੇਬਲ, ਨੈਪਕਿਨ, ਪੇਪਰ ਹੈਗੇ ਜਿੰਨੇ ਵੀ ਸਾਰਾ ਸਸਤਾ ਸਮਾਨ ਹੈ, ਇੱਕ ਇੱਕ ਦੋ ਦੋ ਡਾਲਰ ਦਾ ਸਾਰਾ ਹੀ। ਕਲੀਨਿੰਗ ਵਾਲੇ ਪੇਪਰ, ਡੋਰਮੈਟ, ਡਸਟਬਿਨ ਵਗੈਰਾ ਜੋ ਵੀ ਆ। ਯਾਨੀ ਕਿ ਇਹੀ ਕਹਿੰਦਾ ਵੀ ਜਦੋਂ ਕੋਈ ਨਵਾਂ ਉਹਦਾ ਡਾਲਰ ਆਓ ਤਾਂ ਇੱਥੋਂ ਆ ਕੇ ਸਮਾਨ ਲਓ। ਹੈਂਗਰ ਵਗੈਰਾ ਹੈਗੇ ਨੇ, ਸਭ ਸਸਤੇ ਸਸਤੇ, ਕੋਈ ਬਾਹਲੇ ਮਹਿੰਗੇ ਨਹੀਂ ਹੁੰਦੇ। ਅਤੇ ਸੋ ਆਪਾਂ ਤਾਂ ਰੈਕੋਗਨਾਈਜ਼ ਕਰਦੇ ਹਾਂ ਵੀ ਇੱਥੇ ਆਓ ਅਤੇ ਇੱਥੋਂ ਲਓ ਸਮਾਨ, ਇੱਥੇ ਸਾਰਾ ਸਮਾਨ ਸਸਤਾ ਹੁੰਦਾ, ਏ ਟੂ ਜੈੱਡ ਮਿਲ ਲਗਭਗ ਸਾਰਾ ਹੀ ਜਾਂਦਾ। ਸਿਆਲਾਂ 'ਚ ਆਉਣੇ ਆ ਬੱਚਿਆਂ ਵਾਸਤੇ ਗਲਵਜ਼ ਵਗੈਰਾ ਲੈਣੇ ਆ, ਆਹ ਦੇਖ ਲਓ ਤਿੰਨ ਡਾਲਰ ਦੇ ਪੇਅਰ ਪਏ ਆ। ਅਤੇ ਟੋਪੀਆਂ ਵਗੈਰਾ, ਉੱਦਾਂ ਮਹਿੰਗਾਈ ਬਹੁਤ ਆ, ਚੀਜ਼ਾਂ ਬਹੁਤ ਮਹਿੰਗੀਆਂ ਇੱਥੇ ਹੋਰ ਮਾਰਕੀਟਾਂ 'ਤੇ ਜਾਈਏ ਤਾਂ। ਯਾਨੀ ਕਿ ਲਗਭਗ 70-80% ਆਪਾਂ ਨੂੰ ਜਿਹੜਾ ਘਰੇ ਵਰਤਣ ਵਾਲਾ ਸਮਾਨ ਇੱਥੋਂ ਮਿਲ ਜਾਂਦਾ ਅਤੇ ਉਹ ਆਪਾਂ ਇੱਥੋਂ ਲੈ ਸਕਦੇ ਹਾਂ ਸਸਤੇ ਰੇਟ 'ਤੇ ਡਾਲਰਾਂ 'ਤੇ, ਠੀਕ ਆ। ਅਤੇ ਜਿਹੜਾ ਵੀ ਮੇਰਾ ਵੀਰ ਭਰਾ ਭੈਣ ਵੀਡੀਓ ਦੇਖਦੀ ਆ, ਕਨੇਡਾ ਆਉਣ ਦੇ ਪਲੈਨ ਬਣਾ ਰਹੇ ਜਾਂ ਆ ਚੁੱਕੇ ਆ, ਮਹਿੰਗੀ ਚੀਜ਼ ਲੈਣ ਨਾਲੋਂ ਇੱਥੋਂ ਆਓ ਅਤੇ ਇੱਥੋਂ ਸਸਤੀ ਚੀਜ਼ ਲਓ, ਠੀਕ ਆ। ਆਹ ਦੇਖ ਲਓ ਹੈਗਾ ਕਾਫੀ ਵੱਡਾ, ਇਹ ਬਹੁਤ ਸਟੋਰ ਨੇ, ਇੱਕ ਨਹੀਂ ਹੈਗਾ, ਸਰੀ 'ਚ ਬਹੁਤ ਨੇ ਥਾਂ ਥਾਂ 'ਤੇ ਨੇ। ਡਾਲਰਾਮਾ ਸਰਚ ਮਾਰ ਲਓ, ਖਾਣ ਪੀਣ ਨੂੰ ਨੂਡਲ ਵਗੈਰਾ ਤੁਸੀਂ ਕੁਛ ਵੀ ਲੈਣਾ ਸਭ ਕੁਛ ਮਿਲਦਾ ਹੈਗਾ, ਇੱਕ ਇੱਕ ਦੋ ਦੋ ਤਿੰਨ ਤਿੰਨ ਡਾਲਰ ਦਾ ਹੀ ਆ। ਆਹ ਬਿਸਕੁਟ ਵਗੈਰਾ ਇੱਧਰ ਬੱਚਿਆਂ ਦੇ ਖਾਣ ਨੂੰ ਜੋ, ਤਾਂ ਇੱਥੇ ਸੋ ਜ਼ਿਆਦਾ ਮਹਿੰਗਾ ਸਮਾਨ ਨਹੀਂ ਹੈਗਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ, ਠੀਕ ਆ। ਤਾਂ ਇੱਥੋਂ ਤੁਸੀਂ ਲੈ ਸਕਦੇ ਹੋ। ਆਪਾਂ ਜਿਵੇਂ ਇੱਥੇ ਕੈਸ਼ ਵਾਲਾ ਚੂਜ਼ ਕਰ ਲਿਆ ਤਾਂ ਆਪਾਂ ਇਹਦੇ 'ਚ ਕੈਸ਼ ਵੀ ਪਾ ਸਕਦੇ ਹਾਂ, $16 ਬਣੇ ਆ। ਕਈ ਥਾਵਾਂ 'ਤੇ ਨਹੀਂ ਹੁੰਦਾ, ਇੱਥੇ ਹੈਗਾ। ਹਾਂ ਇਹਨੇ $20 ਲਏ ਆ, ਤਾਂ 360 ਇੱਥੋਂ ਇਹਨੇ ਕੋਇਨ ਵੀ ਕੱਢ ਦੇਣੇ ਆਪਾਂ, ਬਾਕੀ ਇਹਨੇ ਵਾਪਸ ਕਰ ਚੱਕੋ ਆਪਦੇ $3 ਅਤੇ ਕਹਿੰਦੇ ਸਮਾਨ ਚੱਕ ਲਓ ਆਪ। ਉਹ ਬਿੱਲ ਵੀ ਆ ਗਿਆ, ਰਸੀਪਟ ਰਸੀਪਟ ਵੀ ਕੱਢ ਲਓ। ਇਸੇ ਪਲਾਜ਼ੇ ਦੇ ਵਿੱਚ ਹੀ ਸਾਰੇ ਬਣੇ ਹੋਏ ਆਹ ਚਾਰਜਿੰਗ ਵਾਲੇ ਟੈਸਲਾ ਦੇ, ਉਹ ਸਿਰੇ ਤੱਕ ਸਭ ਟੈਸਲਾ ਚਾਰਜ ਕਰਨ ਵਾਲੇ ਲੱਗੇ ਹੋਏ ਆ ਚਾਰਜਰ। ਟੈਸਲਾ ਗੱਡੀ ਹੋਈ ਬਹੁਤ ਪਈ ਆ ਕਨੇਡਾ ਦੇ ਵਿੱਚ, ਇੱਥੇ ਜਿਨ੍ਹਾਂ ਦੇ ਕਰਨੀ 'ਚ ਆਪਣੀ ਟੈਸਲਾ ਗੱਡੀ ਚਾਰਜ ਉਹ ਇੱਥੇ ਆ ਕੇ ਕਰ ਲੈਂਦੇ ਆ। ਅੱਗੇ ਹੁਣ ਆਪਾਂ ਜਾ ਰਹੇ ਹਾਂ ਕਿੰਗ ਜੋਰਜ 'ਤੇ, ਹੁਣ ਚੱਲਦੇ ਹਾਂ ਪਾਇਲ ਬਿਜ਼ਨਸ ਸੈਂਟਰ ਵੱਲ, ਹੁਣ ਤੁਹਾਨੂੰ ਦਿਖਾਉਂਦੇ ਹਾਂ ਪਾਇਲ ਬਿਜ਼ਨਸ ਸੈਂਟਰ। ਇੱਥੇ ਨਾ ਜਿਹੜੇ ਇਹਨਾਂ ਨੇ ਸਾਰਾ ਸਰੀ ਮਤਲਬ ਇੱਥੇ ਵੰਡਿਆ ਹੋਇਆ ਸਾਰਾ, ਜਿੱਦਾਂ ਐਵੀਨਿਊ ਸਟਰੀਟਾਂ 'ਤੇ ਇੱਥੇ ਨੰਬਰਾਂ ਦੇ ਨਾਲ ਹੀ ਡਰੈਸ ਹੁੰਦੇ ਆ, ਅਤੇ
ਜਿੱਦਾਂ ਹੁਣ ਆਪਾਂ ਜਾ ਰਹੇ ਹਾਂ ਐਵੀਨਿਊ 'ਤੇ, ਇਹ ਹੈਗਾ 76 ਐਵੀਨਿਊ 'ਤੇ ਜਾ ਰਹੇ ਹਾਂ ਆਪਾਂ। ਇਹ ਜਿੱਦਾਂ ਹੁਣ ਅਸੀਂ ਜੇ ਤੁਸੀਂ ਐਵੀਨਿਊ 'ਤੇ ਹੋ ਤਾਂ ਤੁਹਾਨੂੰ ਅੱਗੋਂ ਕਰੋਸਿੰਗ ਸਟਰੀਟ ਮਿਲੂਗੀ, ਠੀਕ ਹੈ ਜੀ। ਅਤੇ ਜੇ ਤੁਸੀਂ ਸਟਰੀਟ 'ਤੇ ਹੋ ਤਾਂ ਤੁਹਾਨੂੰ ਅੱਗੋਂ ਕਰੋਸਿੰਗ ਐਵੀਨਿਊ ਮਿਲਣਗੇ। ਉਹ ਜਦੋਂ ਇੱਥੇ ਰਹੀਏ ਫਿਰ ਪਤਾ ਲੱਗਦਾ, ਪਹਿਲਾਂ ਸ਼ੁਰੂ ਸ਼ੁਰੂ 'ਚ ਬੰਦਾ ਪਜ਼ਲ ਹੁੰਦਾ ਤੁਹਾਨੂੰ ਦਿਖਾਉਣੇ ਆ। ਆਹ ਹੁਣ ਮੈਂ ਜਾ ਰਿਹਾ 76 ਐਵੀਨਿਊ 'ਤੇ, ਅਤੇ ਅੱਗੇ ਮੈਨੂੰ ਮਿਲਣੀ ਆ ਸਟਰੀਟ। ਹੁਣ ਉਹ ਦੇਖੋ ਸਾਹਮਣੇ ਮੈਨੂੰ ਇੱਦਾਂ ਇੱਦਾਂ ਕਰੋਸ ਮਿਲ ਗਈ 72 ਸਟਰੀਟ, ST ਸਟਰੀਟ। ਇੱਧਰ ਦੇਖ ਲਓ ਆ 76 ਐਵੀਨਿਊ 'ਤੇ ਮੈਂ ਜਾ ਰਿਹਾ, ਠੀਕ ਆ। ਅੱਗੋਂ ਜਾ ਕੇ ਮੈਂ 128 ਸਟਰੀਟ ਨੂੰ ਮੁੜ ਜਾਣਾ, ਅਤੇ ਫਿਰ ਮੈਨੂੰ ਐਵੀਨਿਊ ਕਰੋਸਿੰਗ ਮਿਲਣ ਲੱਗ ਜਾਣਗੇ। ਅਤੇ ਇੱਥੇ ਘਰਾਂ ਦੇ ਐਡਰੈਸ ਵਗੈਰਾ ਜੋ ਵੀ ਆ ਉਹ ਐਂ ਹੁੰਦਾ, ਇੰਨਾ ਐਵੀਨਿਊ ਇੰਨੀ ਸਟਰੀਟ 'ਤੇ ਘਰ ਦਾ ਨੰਬਰ ਹੁੰਦਾ। ਬਸ ਤੁਹਾਨੂੰ ਜਿਵੇਂ ਮੈਂ ਆਪਣਾ ਦੱਸਤਾ ਵੀ ਹਾਂ ਇੰਨਾ ਇੰਨਾ ਕਰਕੇ ਇੰਨਾ ਐਡਰੈਸ ਇੰਨਾ ਐਵੀਨਿਊ, ਤੁਸੀਂ ਜਦੋਂ ਮੈਪ 'ਤੇ ਪਾਓਗੇ ਤੁਸੀਂ ਐਂ ਕਰੈਕਟ ਲੋਕੇਸ਼ਨ 'ਤੇ ਪਹੁੰਚ ਜਾਣਾ। ਤੁਹਾਨੂੰ ਦਿਖਾਉਣੇ ਆ ਅੱਗੋਂ ਜਾ ਕੇ। ਹੁਣ ਚੱਲਦੇ ਹਾਂ ਇੱਥੋਂ, ਹੁਣ ਮੈਂ 128 ਸਟਰੀਟ ਨੂੰ ਮੁੜ ਜਾਣਾ। ਹੁਣ ਮੈਂ ਐਵੀਨਿਊ 'ਤੇ ਹਾਂ, ਫਿਰ ਮੈਂ ਹੋ ਜਾਣਾ ਸਟਰੀਟ 'ਤੇ, ਅਤੇ ਫਿਰ ਮੈਂ ਅੱਗੇ ਅੱਗੇ ਜਾਈ ਜਾਊਂਗਾ। ਫਿਰ ਮੈਨੂੰ ਜਿਵੇਂ ਹੁਣ 76 ਐਵੀਨਿਊ ਆ, ਇੱਧਰ ਨੂੰ ਮੇਰੇ ਰਾਈਟ ਵਾਲ ਨੂੰ ਜਿਹੜੇ ਨੇ ਉਹ ਵਧੀ ਜਾਣੇ ਆ, ਤਾਂ ਲੈਫਟ ਵਾਲ ਨੂੰ ਐਵੀਨਿਊ ਘਟੇ ਜਾਣੇ ਆ, ਅਤੇ ਸਟਰੀਟ ਇੱਧਰ ਨੂੰ ਜਿੱਧਰ ਮੈਂ ਜਾ ਰਿਹਾ ਇੱਧਰ ਨੂੰ ਘਟੀ ਜਾਣੀਆਂ, ਅਤੇ ਜਿੱਧਰੋਂ ਮੈਂ ਆ ਰਿਹਾ ਇੱਧਰ ਵਧੀ ਜਾਣੀਆਂ। ਇੱਦਾਂ ਦਾ ਹੁੰਦਾ, ਜਦੋਂ ਸਮਝ 'ਚ ਆ ਜਾਵੇ ਫਿਰ ਬਹੁਤ ਈਜ਼ੀ ਲੱਗਦਾ, ਅਤੇ ਪਰ ਨਵਾਂ ਨਵਾਂ ਬੰਦੇ ਨੂੰ ਲੱਗਦਾ ਵੀ ਬਹੁਤ ਔਖਾ ਕੰਮ ਆ। ਦੇਖ ਲਓ ਸਮੋਸਿਆਂ ਦੀ ਵੀ ਔਫਰ ਲੱਗੀ ਹੋਈ ਆ, ਸ਼ੁਭ ਫੂਡ ਫੈਕਟਰੀ 3 for 110 ਆਪਾਂ ਕੀਤਾ। ਹੁਣ ਐਵੀਨਿਊ ਤੋਂ ਆਪਾਂ ਮੁੜ ਜਾਣਾ ਸਟਰੀਟ ਨੂੰ, ਅਤੇ ਇਹ ਜਿਹੜੀ 128 ਸਟਰੀਟ 'ਤੇ ਹੈਗਾ ਪਾਇਲ ਬਿਜ਼ਨਸ ਸੈਂਟਰ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਪਾਇਲ ਬਿਜ਼ਨਸ ਸੈਂਟਰ। ਆਹ ਹੈਗਾ ਇੱਥੇ ਛੋਟਾ ਜਿਹਾ ਲਿਟਲ ਇੰਡੀਆ ਪਲਾਜ਼ਾ, ਤਾਂ ਅੱਗੇ ਆ ਗਿਆ ਆਹ ਪਾਇਲ ਬਿਜ਼ਨਸ ਸੈਂਟਰ। ਇਹ ਹੈਗਾ 128 ਅਤੇ 82 ਐਵੀਨਿਊ ਅਤੇ 128 ਸਟਰੀਟ ਦੇ ਕੋਨੇ 'ਤੇ। ਜੇ ਤੁਸੀਂ ਪਾਇਲ ਬਿਜ਼ਨਸ ਸੈਂਟਰ ਜਾਣਾ, ਜਦੋਂ ਤੁਸੀਂ ਕਿਸੇ ਨੂੰ ਦੱਸੋਗੇ ਵੀ 82 ਅਤੇ 128 'ਤੇ ਆ, ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਝੱਟ ਪਤਾ ਲੱਗ ਜਾਣਾ ਉਹਨਾਂ ਨੇ ਹਾਂ ਵੀ ਉੱਥੇ ਆ। ਪਹੁੰਚ ਚੁੱਕੇ ਜੀ ਪਾਇਲ ਬਿਜ਼ਨਸ ਸੈਂਟਰ, ਅਤੇ ਆਹ ਹੈਗਾ ਸਤਨਾਮ ਜਵੈਲਰ 'ਚ। ਅੱਜ ਸੰਡੇ ਆ ਅਤੇ ਸਾਰਾ ਫੁੱਲ ਹੀ ਮਿਲਣਾ ਭਰਿਆ ਪੂਰਾ, ਨਾਲੇ ਰੱਖੜੀ ਵੀ ਹੈ ਨਾ, ਰੱਖੜੀ ਆ ਅਤੇ ਸੰਡੇ ਆ। ਸੋ ਅੱਜ ਪਾਇਲ ਬਿਜ਼ਨਸ ਸੈਂਟਰ, ਵੈਸੇ ਵੀ ਆਪਣੇ ਪੰਜਾਬੀਆਂ ਦਾ A to Z ਸਮਾਨ ਇੱਥੋਂ ਮਿਲਦਾ, ਅਤੇ ਇਹ ਆਪਾਂ ਨੂੰ ਭਰਿਆ ਹੀ ਮਿਲਣਾ। ਆਪਾਂ ਥੋੜ੍ਹਾ ਉੱਤੋਂ ਦੀ ਘੁੰਮ ਕੇ ਆਉਂਦੇ ਹਾਂ। ਵਿਆਹ ਸ਼ਾਦੀਆਂ ਦਾ ਜਦੋਂ ਸਮਾਨ ਲੈਣਾ ਹੁੰਦਾ ਇੱਥੋਂ ਹੀ ਜ਼ਿਆਦਾ ਮਿਲਦਾ, ਬੀਬੀਆਂ ਵਾਲਾ ਖਾਸ ਕਰਕੇ। ਕੋਈ ਵੀ ਤੁਸੀਂ ਕੁੜਤਾ ਪਜਾਮਾ ਲਹਿੰਗੇ ਚੁੰਨੀਆਂ ਜੋ ਵੀ ਪੱਗਾਂ ਕੁਛ ਵੀ ਲੈਣਾ ਇੱਥੋਂ A to Z ਮਿਲੂ ਸਾਰਾ ਸਮਾਨ। ਅਤੇ
ਅੱਗੇ ਆ ਰਿਹਾ ਲਾਹੌਰੀ ਰੈਸਟੋਰੈਂਟ, ਤਾਂ ਤੁਹਾਨੂੰ ਦਿਖਾਉਣੇ ਆ ਲਾਹੌਰੀ ਰੈਸਟੋਰੈਂਟ। ਇੱਥੇ ਲਾ ਲਈਏ ਹਾਂ, ਜਿਹੜਾ ਸਿਮਰਨ ਐਕਸਕਲੂਸਿਵ ਆ, ਇਹ ਵੀ ਕਾਫੀ ਮਸ਼ਹੂਰ ਆ ਲੇਡੀਜ਼ ਸੂਟਾਂ ਵਗੈਰਾ ਵਾਸਤੇ। ਲੇਡੀਜ਼ ਸੂਟਾਂ ਵਗੈਰਾ ਦੀ ਬਹੁਤ ਵਰਾਇਟੀ ਹੁੰਦੀ ਹੈ। ਇੱਕ ਇੱਧਰ ਆ, ਹਾਂ ਦੋ ਨੇ ਸਿਮਰਨ ਐਕਸਕਲੂਸਿਵ, ਇੱਕ ਇੱਧਰ ਆ ਅਤੇ ਇੱਕ ਇੱਧਰ ਆ, ਦੋ ਇਹਨਾਂ ਦੀਆਂ ਇਹ ਭਰੀਆਂ ਪਈਆਂ ਇਹਨਾਂ ਦੀਆਂ ਦੋਵੇਂ ਦੁਕਾਨਾਂ ਦੇਖ ਲਓ। ਬਰਾਊਨ ਵਾਈਵ ਕੈਫੇ, ਇੱਥੋਂ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਲਾਹੌਰੀ ਰੈਸਟੋਰੈਂਟ। ਜਦੋਂ ਕਿਤੇ ਇੰਡੀਆ ਗਏ ਹੁਣ ਤਾਂ ਪਾਕਿਸਤਾਨ ਪੱਕਾ ਜਾ ਕੇ ਆਉਣਾ, ਪਹਿਲਾਂ ਵੀ ਸੁਣਦੇ ਹੁੰਦੇ ਸੀ ਦਾਦੇ ਹੁਣਾਂ ਤੋਂ ਲਾਹੌਰ ਦੀਆਂ ਗੱਲਾਂ, ਅਤੇ ਹੁਣ ਤਾਂ ਲਾਹੌਰ ਜਾਣਾ ਹੀ ਜਾਣਾ। ਬਾਕੀ ਕਹਿੰਦੇ ਜਿੰਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਬਹੁਤ ਸੁਣਿਆ ਹੁੰਦਾ ਹੁਣ ਇੱਕ ਵਾਰੀ ਜੰਮਾਂਗੇ ਲਾਹੌਰ ਜਾ ਕੇ। ਆਹ ਹੈਗਾ ਲੈ ਦੇਖ ਲਓ, ਕਹਿੰਦੇ ਲਾਹੌਰ ਲਾਹੌਰ। ਕੱਲ੍ਹ ਪਰਸੋਂ ਇੱਥੇ ਬਾਈ ਉਹ ਫਿਰਦੇ ਸੀ, ਮੈਂ ਵੀ ਉਹਨਾਂ ਨੂੰ ਮਿਲਣਾ ਸੀ ਪਰ ਕਿਤੇ ਮਿਲੇ ਹੀ ਨਹੀਂ, ਪੰਜਾਬੀ ਟਰੈਵਲ ਕੱਪਲ ਵਾਲੇ ਅਤੇ ਕਨੇਡੇ ਦੇ ਵਕੀਲ। ਆਹ ਦੇਖ ਲਓ ਲੈ ਕਨੇਡੇ ਦੇ ਵਕੀਲ ਹੈਂ। ਇਹ ਹੈਗਾ ਪਾਇਲ ਬਿਜ਼ਨਸ ਸੈਂਟਰ, ਅੱਜ ਤਾਂ ਪੂਰਾ ਭਰਿਆ, ਸੰਡੇ ਆ, ਇੱਕ ਰੱਖੜੀਆਂ ਦਾ ਤਿਉਹਾਰ ਆ ਤਾਂ ਕਰਕੇ। ਕਾਸ਼ ਚਾਟ ਹਾਊਸ, ਕਾਫੀ ਵੱਡਾ ਵਾ ਇਹ। ਓ ਸਵੇਰੇ ਤੱਕ ਤੁਹਾਨੂੰ ਸਾਰਾ ਘੁੰਮ ਕੇ ਦਿਖਾਉਣ 'ਤੇ ਤਾਂ ਕਾਫੀ ਟਾਈਮ ਲੱਗ ਜਾਂਦਾ। ਚੱਲ ਚਲੋ ਕੋਈ ਨਾ, ਬਣਾਉਣੇ ਆ ਵਲੋਗ ਇੱਕ 'ਚ ਆ ਗਿਆ, ਇੱਕ 'ਚ ਨਹੀਂ ਤਾਂ ਫਿਰ 2 'ਚ ਪੂਰਾ ਕਰ ਲਾਂਗੇ। ਵਿਵਾਹ ਕਲੈਕਸ਼ਨ ਆਹ ਦੇਖ ਲਓ, ਵਿਆਹ ਵਿਊਹ ਦਾ ਸਮਾਨ ਲੈਣਾ ਕੁਛ ਵੀ, ਕੈਪਟਨ ਇਮੀਗ੍ਰੇਸ਼ਨ ਵਾਲੇ ਵੀ ਹੈਗੇ ਇੱਥੇ ਹੀ, ਸਭ ਕੁਛ ਤੁਹਾਨੂੰ ਦੱਸਿਆ ਵੀ ਇੱਥੇ ਹੀ ਮਿਲੂ। ਇਹ ਸਭ ਜਿਵੇਂ ਆਪਾਂ ਕਹਿ ਸਕਦੇ ਹਾਂ, ਆਹ ਦੇਖ ਲਓ ਅੰਕੁਰ ਕੌਸ਼ਲ, ਸਭ ਜਿੱਦਾਂ ਆਪਾਂ ਪੰਜਾਬ 'ਚ ਇਕੱਠੇ ਹਾਂ ਭਾਈਚਾਰਾ, ਚਲੋ ਪਤਾ ਨਹੀਂ ਵੰਡੀਆਂ ਕੌਣ ਪਾਉਂਦੇ ਰਹਿੰਦੇ ਨੇ, ਸਰਕਾਰਾਂ ਮੇਨ ਰਾਜਨੀਤੀ ਵਾਲੇ ਅਤੇ ਜਾਂ ਹੋਰ ਮੂਹਰਲੇ ਕੜਾਮ ਚੌਧਰੀ ਖਰਾਬੀਆਂ ਕਰਦੇ ਰਹਿੰਦੇ, ਬਾਕੀ ਇੱਥੇ ਵੀ ਸਭ ਪਿਆਰ ਨਾਲ ਰਹਿੰਦੇ ਆ, ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ। ਆਹ ਦੇਖ ਲਓ ਸਾਰੇ ਦੁਕਾਨਾਂ 'ਤੇ, ਹੁਣ ਦੁਕਾਨ 'ਚ ਵੜਨ ਲੱਗਾ ਥੋੜ੍ਹਾ ਕੋਈ ਦੇਖਦਾ ਹਿੰਦੂ ਦੀ ਦੁਕਾਨ ਆ ਕਿ ਸਿੱਖ ਦੀ ਆ। ਅਤੇ ਸੰਧੂ ਪਾਵੜਾ LLP ਅਕਾਊਂਟੈਂਟ, ਇੱਥੋਂ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਲਾਹੌਰੀ ਰੈਸਟੋਰੈਂਟ। ਜਦੋਂ ਕਿਤੇ ਇੰਡੀਆ ਗਏ ਹੁਣ ਤਾਂ ਪਾਕਿਸਤਾਨ ਪੱਕਾ ਜਾ ਕੇ ਆਉਣਾ, ਰੱਖੜੀਆਂ ਦੀ ਇੱਕ ਇੱਥੇ ਹੋਰ ਸਟਾਲ ਲੱਗੀ ਹੋਈ ਆ ਸਪੈਸ਼ਲ ਰਾਖੀ ਸੇਲ, ਤਰ੍ਹਾਂ ਤਰ੍ਹਾਂ ਦੀਆਂ ਰੱਖੜੀਆਂ, ਜਿੱਦਾਂ ਦੀ ਮਰਜ਼ੀ ਰੱਖੜੀ ਲਓ ਇੱਥੋਂ।
ਲੈਣੀ ਹੈ ਰੱਖੜੀ? ਰੱਖੜੀ ਲੈ ਲਈਏ, ਲੈ ਲਓ। ਦੇਖ ਲਓ ਪੰਜਾਬੀ 'ਚ ਲਿਖਿਆ ਨੋਟਰੀ, ਸਾਰਾ ਕੁਛ ਪੰਜਾਬੀ ਤੁਹਾਨੂੰ ਮਿਲੂ ਇੱਥੇ, ਜਾਣੀ ਕੋਈ ਇੰਨੀ ਇਹ ਨਹੀਂ ਹੈਗਾ। ਇਹ ਸਾਰਾ ਪਲਾਜ਼ਾ ਪੰਜਾਬੀਆਂ ਦਾ ਹੀ ਆ, ਪੰਜਾਬੀ ਖਰੀਦਣ ਵਾਲੇ, ਪੰਜਾਬੀ ਵੇਚਣ ਵਾਲੇ ਅਤੇ ਪੰਜਾਬੀ ਵੀਡੀਓ ਬਣਾਉਣ ਵਾਲੇ। ਅਤੇ ਉਹੀ ਗੱਲ ਆ ਵੀ ਪੰਜਾਬ ਹੀ ਆ ਇਹ, ਠੀਕ ਆ। ਅਤੇ ਇੱਧਰ ਵੀ ਰੱਖੜੀਆਂ ਦੀ ਲੱਗੀ ਹੋਈ ਆ ਸ਼ੌਪ, ਆ ਇੱਦਾਂ ਤੰਬੂ ਜਿਹਾ ਲਾ ਕੇ ਅਤੇ ਸ਼ੌਪ ਲਾ ਕੇ ਚਲੋ ਜੀ। ਇੱਦਾਂ ਦੀਵਾਲੀ 'ਤੇ ਵੀ ਇੱਦਾਂ ਹੀ ਹੁੰਦਾ, ਜਦੋਂ ਪਟਾਕੇ ਵੇਚਣੇ ਹੁੰਦੇ ਉਦੋਂ ਵੀ ਇੱਦਾਂ ਹੀ ਲੱਗੀ ਹੁੰਦੀ ਆ। ਅਤੇ ਫੈਬਰਿਕ ਮੰਡੀ ਅਗਰਵਾਲ ਸਵੀਟਸ ਉੱਧਰ ਹੈ, ਉਹ ਸਾਹਮਣੇ ਆ ਗਿਆ ਕੱਪੜਾ ਮੰਡੀ। ਕੱਪੜਾ ਮੰਡੀ ਤੋਂ ਵੀ ਤੁਸੀਂ ਜਿਹੜਾ ਮਰਜ਼ੀ ਕੱਪੜਾ ਲਓ, ਜੋ ਕੁਛ ਮਰਜ਼ੀ। $10 ਦੇ ਵਿੱਚ 3 ਕੇਸ ਦਿੰਦੇ ਨੇ, ਤਾਂ ਇਹਦੇ ਫੋਨ ਦੇ ਕੋਈ ਵੀ ਤੁਸੀਂ ਲਓ, ਹਨਾ। ਆਈਫੋਨ ਤੇ ਹੀ ਆ ਸਾਰੇ, ਸੈਮਸੰਗ ਆਈਫੋਨ ਕੋਈ ਵੀ। ਤੇ ਜੇ IPTV ਆਪਾਂ 3 ਸਾਲ ਦੀ ਸਬਸਕ੍ਰਿਪਸ਼ਨ ਲੈਨੇ ਆ, $10 ਤੋਂ ਆਪਣੇ ਸਬਸਕ੍ਰਿਪਸ਼ਨ ਸਟਾਰਟ ਹੁੰਦੀ ਆ, ਐਜ਼ ਕਸਟਮਰ ਦੀ ਨੀਡ ਜਿੱਦਾਂ ਉਹਨਾਂ ਨੂੰ ਚਾਹੀਦਾ ਉਦਾਂ ਕਰਕੇ ਦੇਵਾਂਗੇ। ਓਕੇ ਠੀਕ ਆ। ਤਾਂ ਇਹ ਹੈਗੇ ਆ ਆਪਣੀ ਸ਼ੌਪ ਦਾ ਨਾਂ ਕੀ? ਏਅਰਟੈਲ ਫਰੀ ਕੇ 82 ਵੈਨਿਊ, ਹਾਂ, ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਹੈਗੇ ਨੇ ਇਹ। ਤੇ ਆ ਜਾਓ, ਬਾਕੀ ਅੰਦਰ ਦੇਖਦੇ ਆ। ਤੇ ਇੱਥੇ ਜਾਣੀ ਤੁਸੀਂ ਆ ਸਕਦੇ ਹੋ, ਗਾਰਡ ਵਗੈਰਾ ਵੀ ਲਾ ਕੇ ਦਿੰਦੇ ਆ ਸਾਰਾ ਕੁਛ। ਅਤੇ ਬਹੁਤ ਸਮਾਨ ਪਿਆ ਇਹਨਾਂ ਦੇ, ਕਾਫੀ ਰਸ਼ ਆ। ਤਾਂ ਤੁਸੀਂ ਆ ਕੇ ਅਤੇ ਇੱਥੇ ਵਿਜ਼ਿਟ ਕਰਕੇ ਕੋਈ ਵੀ ਚੀਜ਼ ਜਿੱਦਾਂ ਲੈ ਸਕਦੇ ਹੋ। ਆ ਜਾਓ, ਹਾਂ ਹੁਣ ਤਾਂ ਢੇਰ ਲੱਗੇ ਆ, ਹਾਂ ਇੱਥੇ ਕਾਫੀ ਸਮਾਨ ਪਿਆ। $10 'ਚ 3 ਕੇਸ, ਹਨਾ। ਅਤੇ ਹਾਂਜੀ, ਇਹ ਸੀਗਾ ਆਪਣਾ ਅੱਜ ਦਾ ਵਲੌਗ। ਅਤੇ ਤੁਹਾਨੂੰ ਸਰੀ ਹੋਰ ਵੀ ਅਗਲੇ ਵੀਡੀਓ ਦੇ ਵਿੱਚ ਸਰੀ ਦੇ ਹੋਰ ਵੀ ਜਗ੍ਹਾ ਦਿਖਾਵਾਂਗੇ। ਅਤੇ ਅੱਜ ਦੇ ਵਲੌਗ ਦੀ ਕਰਦੇ ਹਾਂ ਇੱਥੇ ਸਮਾਪਤੀ। ਜਿਉਂਦੇ ਵਸਦੇ ਰਹੋ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਭਲੀ ਕਰੇ।